ਜਿਵੇਂ ਪਤਾ ਹੀ ਹੈ ਜੀ ਕਾਫੀ ਇਹ ਸੰਸਰੀਕ ਇਹ ਜਿਹੜਾ ਕ੍ਰਾਈਮ ਹੋਇਆ ਸੀਗਾ ਟ੍ਰਿਪਲ ਮਰਡਰ ਹੋਇਆ ਸੀ 8 11 ਨੂੰ ਤੁੰਗਪਿੰਡ ਪੀਐਸ ਹਰੀਕੇ ਤੇ ਉਦੋਂ ਪਹਿਲੇ ਜਦੋਂ ਮੌਕੇ ਤੇ ਗਏ ਸੀ ਤਾਂ ਉਦੋਂ ਇਹ ਹੀ ਲੱਗਿਆ ਸੀ ਵੀ ਨੌਕਰ ਉਹਨਾਂ ਦਾ ਲਾਪਤਾ ਸੀ ਵੀ ਸ਼ਾਇਦ ਨੌਕਰ ਕਰ ਗਿਆ 25 ਸਾਲ ਤੋਂ ਬਟ ਉਹ ਡੇਢ ਘੰਟੇ ਬਾਅਦ ਜਦੋਂ ਨੌਕਰ ਮਿਲ ਗਿਆ ਤਾਂ ਫਿਰ ਸਾਡੀ ਸੀਆਈ ਟੀਮ ਐਸਪੀ ਡੀ ਸਾਹਿਬ ਤਾਂ ਹੋਰ ਉਹਨਾਂ ਨੇ ਉੱਥੇ ਤਕਰੀਬ ਇੱਕ ਦਿਨ ਪੂਰਾ ਉੱਥੇ ਲਾਇਆ ਔਰ ਉਸ ਤੋਂ ਕੁਝ ਜਿਹੜੇ ਸਸਪੈਕਟ ਸੀਗੇ ਜਾਂ ਕੌਣ-ਕੌਣ ਆਏ ਉਹਨਾਂ ਦੀ ਅਸੀਂ ਆ ਆਈ ਡੀਜ਼ ਵਗੈਰਾ ਪੁਰਾਣੇ ਕੱਟ ਕੇ ਉਹ شناخت ਕਰਾਈ ਤਾਂ ਇੱਕ ਬੰਦੇ ਦੀ شناخت ਹੋ ਗਈ ਜਿਹੜਾ ਮਨਦੀਪ ਸਿੰਘ ਏਲੀਅਸ ਉਰਫ ਬੰਦ ਮਨਪ੍ਰੀਤ ਉਰਫ ਕਲਿਆਣ ਬਾਬੇ ਦੇ ਨਾਮ ਤੋਂ ਸੀਗਾ ਉਹ ਇਦਾਂ ਦੀਆਂ ਵਾਰਦਾਤਾਂ ਨੌਜਾਨ ਦਿੰਦਾ ਸੀ ਚਾਰ ਪੰਜ ਵਾਰ ਦਿੰਦਾ ਉਹਨੇ ਪਹਿਲੇ ਕੀਤੀਆਂ ਹੋਈਆਂ ਔਰ ਰਾਜਸਥਾਨ ਤੋਂ ਬਿਲੋਂਗ ਕਰਦਾ ਸੀਗਾ ਤੇ ਉਹ ਸਸਟੇਨ ਜਿਹੜਾ 20-25 ਦਿਨ ਤੋਂ ਲਗਾਤਾਰ ਉਹਦੇ ਮਗਰ ਅਸੀਂ ਚੜੇ ਹੋਏ ਸੀਗੇ ਉਹ ਉਹਦੀ ਜਿਹੜੀ ਸੀਗੀ ਕੁਝ ਟੈਕਨਿਕਲ ਔਰ ਦੂਸਰੀਆਂ ਜਿਹੜੀਆਂ ਸਾਡੀਆਂ ਸਾਇੰਟਿਫਿਕ ਇਨਵੈਸਟੀਗੇਸ਼ਨ ਤੋਂ ਉਹਦੀ ਜਿਹੜੀ ਲੋਕੇਸ਼ਨ ਸੀਗੀ ਉਹ ਸਾਨੂੰ ਪਤਾ ਲੱਗ ਗਈ ਉਹ ਔਰੀਜਿਨ ਜਿਹੜੇ ਹਿਊਮਨ ਇੰਟ ਦੇ ਮੁਤਾਬਕ ਉਹ ਰਾਮਪੁਰਾ ਫੂਲ ਚ ਕਿਤੇ ਕਿਰਾਏ ਤੇ ਰਹਿ ਰਿਹਾ ਸੀ ਤੇ ਦੋ ਦਿਨ ਤੋਂ ਸਾਡੀ ਟੀਮ ਜਿਹੜੀ ਹੈ ਉਹ ਸੀਆਈਏ ਦੀ ਇਨਸਪੈਕਟਰ ਸਾਹਿਬ ਉਹ ਜਾ ਕੇ ਉੱਥੇ ਬਠਿੰਡੇ ਚ ਤੇ ਅਬੋਰ ਵਗੈਰਾ ਏਰੀਆ ਚ ਸੀਗੇ ਔਰ ਉਹਨੂੰ ਪਿੰਨ ਪੁਆਇੰਟ ਕਰ ਲਿਆ ਉਹਦਾ ਘਰ ਔਰ ਉੱਥੇ ਜਾ ਕੇ ਇਹਨਾਂ ਨੇ ਜਦੋਂ ਰੇਡ ਕੀਤਾ ਤਾਂ ਉਹਦੇ ਤੋਂ ਜਿਹੜੀ ਕ੍ਰਾਈਮ ਚ ਯੂਜ਼ ਹੋਈ ਗੱਡੀ ਤੇ ਮਰਨ ਵਾਲੇ ਦੀ ਜਿਹੜੀ ਇਕਬਾਲ ਸਿੰਘ ਦੀ ਰਾਈਫਲ ਪਲੱਸ ਇਹਦੇ ਕੋਲੋਂ ਦੋ ਦੇ ਇੱਕ ਟੌਏ ਪਿਸਟਲ ਤੇ ਇੱਕ ਦੇਸੀ ਕਟਾ ਇਹ ਬਰਾਮਦ ਹੋਇਆ ਨਾਲ 5.5 ਲੱਖ ਦੇ ਕਰੀਬ ਜਿਹੜੀ ਫੇਕ ਕਰੰਸੀ ਨੋਟ ਸੀਗੇ 5-500 ਦੇ ਉਹ ਰਿਕਵਰ ਹੋਏ ਆ ਇਹਦੇ ਤਾਂ ਇਹਦੇ ਤਿੰਨ ਤਿੰਨ ਸਾਥੀ ਹੋਰ ਸੀਗੇ ਜਿਹਦੇ ਅਸੀਂ ਨਾਮਜਦ ਕਰ ਲਏ ਔਰ ਉਹਨਾਂ ਦੇ ਉੱਤੇ ਰੀਡ ਕਰਨ ਲਈ ਸਾਡੀਆਂ ਪਾਰਟੀਆਂ ਚੱਲੀਆਂ ਗਈਆਂ ਜਲਦੀ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ ਸਰ ਇਹ ਜਿਹੜਾ ਬਾਬਾ ਹੈ ਸਰ ਦੀ ਜਿਹੜੀ ਕ੍ਰਾਈਮ ਰਿਗਿਸਟਰ ਸੀ ਇਹ ਰਾਜਸਥਾਨ ਚੋਂ ਹੀ ਹੈ ਜਾਂ ਪੰਜਾਬ ਚੋਂ ਹੀ ਨੇ ਵਾਰ ਦਿੱਤਾ ਕੀਤਾ ਪੰਜਾਬ ਦੀ ਤਾਂ ਸਾਡੀ ਇੱਕ ਹੀ ਹੈ ਬਟ ਜਿਹੜੀਆਂ ਬਾਕੀ 4-5 ਪਰਚੇ ਦੇ ਤੇ ਉਹ ਸਾਰੇ ਹਜੇ ਰਾਜਸਥਾਨ ਦੇ ਤਸਦੀਖ ਹੋਏ ਹੈ ਜੀ ਸਰ ਕੋਈ ਉੱਥੇ ਕੋਈ ਨਾਮਗਰ ਵੀ ਸੀ ਉਹਦੇ ਤੇ ਇਹਦੇ ਤੇ ਵਿਰਖਲ 20000 ਦਾ ਨਾਮ ਰੱਖਿਆ ਸੀਗਾ ਇੱਕ ਟਿੱਬੀ ਦਾ ਕੋਈ ਸ਼ਾਇਦ ਥਾਣੇ ਦਾ ਮਕਦਮਾ ਸੀਗਾ ਉਹਦੇ ਚ 20000 ਦਾ ਉਹਦੇ ਚ ਗ੍ਰਿਫਤਾਰੀ ਹੋਣੀ ਹੈ ਜੇ ਰਹਿੰਦੀ ਹੈ ਜੀ ਸਰ ਰੀਜ਼ਨ ਕੀ ਰੀਜ਼ਨ ਕੀ ਰੀਜ਼ਨ ਕੀ ਗਿਆ ਉਸਨੇ ਮਾਰਨ ਦਾ ਉਹ ਇਹ ਦੇਖੋ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਇਸ ਤਰ੍ਹਾਂ ਦੀਆਂ ਮਾਰਦਾ ਤਾਂ ਲੁੱਟ ਖੋਹਦੀਆਂ ਉੱਥੇ ਕਰਦਾ ਸੀਗਾ ਤੇ ਇੱਕ ਜਿਹੜਾ ਇਕਬਾਲ ਸਿੰਘ ਸੀਗਾ ਮਰਨ ਵਾਲਾ ਉਹਦਾ ਇੱਕ ਕੋਈ ਨਾਰਾਇਣ ਬਾਬਾ ਕੇ ਕੋਣ ਇੱਥੇ ਸੀਗਾ ਉਹਦਾ ਇਹ ਅੱਗੋ ਵਾਕਫ ਸੀਗਾ ਤੇ ਉਹ ਕਾਮਨ ਕਰਕੇ ਇਹਨੂੰ ਉਹਨੇ ਇੱਕ ਦੋ ਵਾਰ ਉਹਦੇ ਨਾਲ ਮਿਲਿਆ ਇਹਨੂੰ ਮਰਨ ਵਾਲੇ ਨੂੰ ਤੇ ਇਹਨੂੰ ਲੱਗਿਆ ਵੀ ਘਰ-ਬਾਰ ਖਾਂਦਾ ਪੀਂਦਾ ਚੰਗਾ ਹੈਗਾ ਤੇ ਉਹਨੇ ਇੱਕ ਦਿਨ ਪਹਿਲੇ ਵੈਸੇ ਮਿਲਣ ਆ ਗਿਆ ਉਸ ਦਿਨੇ ਰਾਤ ਰਹਿ ਕੇ ਸੂਰੇ ਗਿਆ ਉਦੋਂ ਨੇ ਦੋ ਜਣੇ ਸੀਗੇ ਤਾਂ ਇਹ ਇਹ ਦੇ ਮੁਤਾਬਕ ਵੀ ਉਹ ਦੋ ਬੰਦੇ ਹੋਣ ਕਰਕੇ ਉਧਰ ਤਿੰਨ ਜਣੇ ਸੀਗੇ ਤੇ ਬੰਦਾ ਵੀ ਤਕੜਾ ਸੀ ਵੀ ਦੋ ਜਣੇ ਅਸੀਂ ਇਲਜ਼ਾਮ ਨਹੀਂ ਦੇ ਸਕਦੇ ਸੀ ਅਗਲੇ ਦਿਨ ਨੇ ਫੇਰ ਆ ਗਿਆ ਤਾਂ ਅਗਲੇ ਦਿਨ ਚਾਰ ਬੰਦੇ ਟੋਟਲ ਆਏ ਸੀਗੇ ਇਹ ਚਾਰਾਂ ਨੇ 11 11:30 ਵਜੇ ਇਹ ਵਾਰਦਾਤ ਨੂੰ ਉਹਨਾਂ ਦੇ ਮੂੰਹ ਤੇ ਟੇਪਾਂ ਲਾ ਕੇ ਤੇ ਗੱਲ ਕੋਟ ਕੇ ਪਹਿਲੇ ਸਰਪੰਚ ਨੂੰ ਮਾਰਿਆ ਫੇਰ ਉਹਦੀ ਵਾਈਫ ਨੂੰ ਫੇਰ ਪਰਜਾਈ ਨੂੰ ਤੇ ਸਾਰਾ ਜਿਹੜਾ ਸਮਾਨ ਚੋਣ ਗਹਿਣਾ ਹੂਰ ਵਗੈਰਾ ਜੀਓ ਜੁਐਲਰੀ ਵਗੈਰਾ ਕੋਈ 14 ਗੁਜ਼ਾਰ ਕੈਸ਼ ਹੂਰ ਰਿਵਾਲ ਪਿਸਟਲ ਵਗੈਰਾ ਉਸ ਜਿਹੜੀ ਰਾਈਫਲ ਵਗੈਰਾ ਉਹ ਲੈ ਕੇ ਇਹ ਚਲੇਗੇ ਜੀ ਸਰ ਕੁਛ ਜਿਹੜੀ ਰਿਕਵਰੀ ਹੋਈ ਉਹ ਚੁ ਵਿੱਚ ਫੇਕ ਕਰੰਸੀ ਵੀ ਬਰਾਮਦ ਹੋਈ ਆ ਫੇਕ ਕਰੰਸੀ ਮੈਂ ਦੱਸ ਹੀ ਦਿੱਤਾ ਸੀ 5.5 ਲੱਖ ਦੇ ਕਰੀਬ 500 ਜੀ ਵੈਸੇ ਇਹਨਾਂ ਜਿਹੜਾ ਗੈਂਗ ਆਪਰੇਟ ਕਰਦਾ ਵਾ ਸੀ ਜਿਹੜਾ ਚਲਾ ਰਿਹਾ ਸੀ ਇਹਦੀ ਮੋਟਰਸਪੈਨਡਿਕ ਹੀ ਰਹਿੰਦੀ ਸੀ ਜਿਹੜੇ ਪਿਛਲੇ ਜਿਹੜੇ ਕੋਈ ਮਾਮਲੇ ਆਪਾਂ ਗੱਲ ਕਰੀਏ ਦੇਖੋ ਪੰਜਾਬ ਚ ਤਾਂ ਸਾਡੇ ਲਈ ਇੱਕੋ ਹੀ ਹੈਗਾ ਬਾਕੀ ਹਜੇ ਕਿਉਂਕਿ ਅੱਜ ਹੀ ਇਹਦੀ ਅਸੀਂ ਅਰੈਸਟ ਪਾਈ ਐਸ ਵੀਰੇ 12:00 ਤੱਕ ਇੰਨੀ ਸਸਟੇਨਡ ਇੰਟਰੋਗੇਸ਼ਨ ਹੋ ਨਹੀਂ ਸਕੀ ਅੱਗੇ ਜਦੋਂ ਇੰਟਰੋਗੇਸ਼ਨ ਹੋਏਗੀ ਤਾਂ ਫਿਰ ਅਪਡੇਟ ਦੇ ਦੇਵਾਂਗੇ ਅਪਡੇਟ ਹੀ ਕਰ ਦੱਸਾਂਗੇ ਠੀਕ